ਉਹ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਅਤੇ ਸੰਘਰਸ਼ ਤਾਂ ਇਹ ਹੈ ਕਿ ਉਹਨਾਂ ਨੂੰ ਕੰਮ ਦੇ ਬਦਲੇ ਸਿਰਫ 3500 5500 9000 6000 ਇੱਦਾਂ ਤਨਖਾਹਾਂ ਮਿਲਦੀਆਂ ਸੀ ਅਤੇ ਹੁਣ ਅਤੇ ਉਸ ਵਕਤ ਕੱਚਾ ਟੀਚਰ ਕਿਹਾ ਜਾਂਦਾ ਸੀ 28 ਜੁਲਾਈ ਤੋਂ ਇਹਨਾਂ ਦਾ ਜਿਹੜਾ ਹੈ ਜੀਵਨ ਬਦਲਣ ਜਾ ਰਿਹਾ ਜੋ ਬੰਦਾ ਸਨਮਾਨ ਹੈ ਉਹ ਮਿਲਣ ਜਾ ਰਿਹਾ ਅਤੇ ਇਹਨਾਂ ਨੂੰ ਰੈਗੂਲਰਾਈਜੇਸ਼ਨ ਲੈਟਰਸ ਮਿਲਣ ਜਾ ਰਹੇ ਇਸ ਕਰਕੇ ਹੁਣ ਇਹ 12,500 ਟੀਚਰਸ ਹੁਣ ਹੋਰ ਪਹਿਲਾਂ ਵੀ ਇਹਨਾਂ ਦਾ ਇਹ ਵੀ ਕਹੀਏ ਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਆਪ ਆਪਣੇ ਅੱਖੀਂ ਜਾ ਕੇ ਦੇਖੀ ਪੰਜਾਬ ਦੇ ਵਿੱਚ ਸਿੱਖਿਆ ਮਹਿਕਮੇ ਦੀ ਗੱਲ ਕਰੀਏ ਤਾਂ ਸਾਬਕਾ ਸਰਕਾਰਾਂ ਵੇਲੇ ਆ ਮਹਿਕਮਾ ਧਰਨਿਆਂ ਦਾ ਮਹਿਕਮਾ ਬਣਿਆ ਹੋਇਆ ਸੀ ਕਦੇ ਟੀਚਰ ਟੈਂਕੀਆਂ 'ਤੇ ਹੁੰਦੇ ਸੀ ਕਦੇ ਟੀਚਰ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਧਰਨਿਆਂ 'ਤੇ ਬੈਠੇ ਹੁੰਦੇ ਸੀ ਲੇਕਿਨ ਜਦੋਂ ਦੀ ਸੂਬੇ ਦੇ ਵਿੱਚ ਭਗਵੰਤ ਮਾਨ ਸਰਕਾਰ ਆਈ ਹੈ ਕੋਸ਼ਿਸ਼ ਕਰ ਰਹੀ ਹੈ ਕਿ ਧਰਨਿਆਂ ਨੂੰ ਖਤਮ ਕੀਤਾ ਜਾਏ ਸ਼ਿਕਸ਼ਾ ਦੇ ਮਿਆਰ ਨੂੰ ਉੱਪਰ ਚੱਕਿਆ ਜਾਏ ਤਾਂ ਕਿ ਬਿਹਤਰ ਸ਼ਿਕਸ਼ਾ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਬੱਚਿਆਂ ਨੂੰ ਮਿਲਦੀ ਹੋਈ ਨਜ਼ਰ ਆਏ ਸਿੱਖਿਆ ਮੰਤਰੀ ਹਰਜੋਤ ਬੈਨ ਸਾਡੇ ਨਾਲ ਨੇ ਕਿਉਂਕਿ ਇੱਕ ਹੋਰ ਵਾਅਦਾ ਇਹ ਪੂਰਾ ਕਰਨ ਜਾ ਰਹੇ ਨੇ ਇਹਨਾਂ ਦੀ ਸਰਕਾਰ ਨੇ ਜਿਹੜੇ ਟੀਚਰਾਂ ਨਾਲ ਵਾਅਦਾ ਕੀਤਾ ਸੀ ਉਹ ਇੱਕ ਹੋਰ ਵਾਅਦਾ ਪੂਰਾ ਕਰਨ ਜਾ ਰਹੇ ਨੇ ਸਰ ਕੱਲ੍ਹ ਇੱਕ ਹੋਰ ਤੋਹਫਾ ਦੇਣ ਜਾ ਰਹੇ ਹੋ ਟੀਚਰਾਂ ਨੂੰ ਜਿਸ ਢੰਗ ਦੇ ਨਾਲ ਚੋਣਾਂ ਵੇਲੇ ਵਾਅਦੇ ਹੋ ਗਏ ਸੀ ਕਿ ਹਾਂ ਅਸੀਂ ਆਹ ਕਰਾਂਗੇ ਅਸੀਂ ਆਹ ਕਰਾਂਗੇ ਹੁਣ ਜਿਹੜੀ ਤੁਸੀਂ ਖੁਸ਼ਖਬਰੀ ਲੈ ਕੇ ਆ ਰਹੇ ਹੋ ਪਹਿਲਾਂ ਤਾਂ ਉਸਦੇ ਬਾਰੇ ਜਾਣਕਾਰੀ ਦੇ ਦਿਓ ਕਿ ਕੀ ਕੁਛ ਵੀ ਸੁਗਾਟ ਟੀਚਰਾਂ ਲਈ ਲੈ ਕੇ ਆਏ ਹੋ ਪੰਜਾਬ ਦੇ ਸਿੱਖਿਆ ਮਹਿਕਮੇ ਦੇ ਵਿੱਚ ਇੱਕ ਬਹੁਤ ਵੱਡਾ ਵਰਗ ਜਿਹਦੇ ਵਿੱਚ ਸਿੱਖਿਆ ਪ੍ਰੋਵਾਈਡਰ AIG STR ਬਹੁਤ ਸਾਰੇ ਵਲੰਟੀਅਰ ਤਕਰੀਬਨ ਇਹਨਾਂ ਦੀ ਗਿਣਤੀ 12,500 ਤੋਂ 13,000 ਦੇ ਵਿੱਚ ਉਹ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਅਤੇ ਸੰਘਰਸ਼ ਤਾਂ ਇਹ ਹੈ ਕਿ ਉਹਨਾਂ ਨੂੰ ਕੰਮ ਦੇ ਬਦਲੇ ਸਿਰਫ 3500 5500 9000 6000 ਇੱਦਾਂ ਤਨਖਾਹਾਂ ਮਿਲਦੀਆਂ ਸੀ ਅਤੇ ਹੁਣ ਅਤੇ ਉਸ ਵਕਤ ਕੱਚਾ ਟੀਚਰ ਕਿਹਾ ਜਾਂਦਾ ਸੀ 28 ਜੁਲਾਈ ਤੋਂ ਇਹਨਾਂ ਦਾ ਜਿਹੜਾ ਹੈ ਜੀਵਨ ਬਦਲਣ ਜਾ ਰਿਹਾ ਤਨਖਾਹਾਂ ਦੇ ਵਿੱਚ 2 ਤੋਂ 2.5 ਗੁਣਾ 3 ਗੁਣਾ ਤੱਕ ਵਾਧਾ ਹੈ ਇਸ ਦੇ ਨਾਲ ਹੀ ਜੋ ਬੰਦਾ ਸਨਮਾਨ ਹੈ ਉਹ ਮਿਲਣ ਜਾ ਰਿਹਾ ਅਤੇ ਇਹਨਾਂ ਨੂੰ ਰੈਗੂਲਰਾਈਜੇਸ਼ਨ ਲੈਟਰਸ ਮਿਲਣ ਜਾ ਰਹੇ ਨੇ ਮੈਂ ਸਮਝਦਾ ਕਿ ਇਹ ਇੱਕ ਕਿਉਂਕਿ ਜਦੋਂ ਤੱਕ ਖੁਦ ਟੀਚਰ ਦੇ ਵਿੱਚ ਇੱਕ ਸੈਲਫ ਕੌਨਫੀਡੈਂਸ ਨਹੀਂ ਹੋਊਗਾ ਉਹ ਬੱਚਿਆਂ ਨੂੰ ਕਿਵੇਂ ਪੜ੍ਹਾਊਗਾ ਅਤੇ ਇਸ ਕਰਕੇ ਹੁਣ ਇਹ 12,500 ਟੀਚਰਸ ਹੁਣ ਹੋਰ ਪਹਿਲਾਂ ਵੀ ਇਹਨਾਂ ਦਾ ਇਹ ਵੀ ਕਹੀਏ ਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਆਪ ਆਪਣੇ ਅੱਖੀਂ ਜਾ ਕੇ ਦੇਖ ਅੱਜ ਤੱਕ ਤਾਂ ਕਿਸੇ ਨੇ ਇਹਨਾਂ ਦਾ ਇਹ ਵੀ ਰੈਕੋਗਨਾਈਜ਼ ਹੀ ਨਹੀਂ ਕੀਤਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਪਹਿਲੀ ਸਰਕਾਰ ਅਤੇ ਪਹਿਲਾ ਸਿੱਖਿਆ ਮੰਤਰੀ ਜਿਹਨੇ ਇਹ ਰੈਕੋਗਨਾਈਜ਼ ਕੀਤਾ ਕਿ ਹਾਂ ਵੀ ਨਹੀਂ ਤੁਹਾਡੀ ਮਿਹਨਤ ਤੁਹਾਡਾ ਕੰਮ ਕਾਬਲੇ ਤਾਰੀਫ ਹੈ ਐਂਡ ਤੁਹਾਡੇ ਡਿਮਾਂਡਸ ਜੈਨੂਇਨ ਨੇ ਹੁਣ ਉਹਨਾਂ ਡਿਮਾਂਡਸ ਫੁਲਫਿਲ ਕਰਨ ਦੇ ਵਿੱਚ ਬਹੁਤ ਸਾਰੀ ਲੀਗਲ ਜਿਹੜੀਆਂ ਹੈ ਮੁਸੀਬਤਾਂ ਵੀ ਸੀ ਬਿਕੋਜ਼ ਇਹਨਾਂ ਦੀ ਭਰਤੀ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋਈ ਕੌਨਸਟੀਟਿਊਸ਼ਨਲ ਪ੍ਰੋਵੀਜ਼ਨਸ ਫੋਲੋ ਨਹੀਂ ਹੋਏ ਸੁਪਰੀਮ ਕੋਰਟ ਦੀ ਜਜਮੈਂਟਾਂ ਨੇ ਤਾਂ ਮਾਨ ਸਾਹਿਬ ਨੇ ਜਦੋਂ ਸਬ ਕਮੇਟੀ ਬਣਾਈ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨੇ ਅਫਸਰਸ ਨੂੰ ਵੀ ਹਦਾਇਤ ਕੀਤੀ ਕਿ ਜਿਵੇਂ ਮਰਜ਼ੀ ਕਰੋ ਇਹ ਸਭ ਮੈਨੂੰ ਪਤਾ ਹੈ ਪਰ ਜਿਵੇਂ ਮਰਜ਼ੀ ਹੱਲ ਲੱਭ ਕੇ ਲੈ ਕੇ ਆਓ ਅਤੇ ਉਹ ਹੱਲ ਵੀ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਕੱਲ੍ਹ ਉਹ ਕੋਰਟਾਂ 'ਚ ਜਾ ਕੇ ਫਸੇ ਨਾ ਆਪਾਂ ਐਕਚੁਅਲੀ ਇਹਨਾਂ ਨੂੰ ਬੈਨੀਫਿਟ ਦੇਈਏ ਤਾਂ ਉਸ ਕਰਕੇ ਜੋ ਬੈਸਟ ਪੋਸੀਬਲ ਲੀਗਲ ਬ੍ਰੇਨਸਟੋਰਮਿੰਗ ਮੈਂ ਯਕੀਨ ਨਾਲ ਕਹਿੰਦਾ ਕਿ ਇੰਨੀ ਜ਼ਿਆਦਾ ਮਿਹਨਤ ਇਸ ਪੋਲਿਸੀ ਦੀ ਡਰਾਫਟਿੰਗ ਦੇ ਉੱਤੇ ਮੈਂ ਵੀ ਕੀਤੀ ਹੈ ਸਾਡੇ AG ਆਫਿਸ ਨੇ ਸਾਡੇ ਸਾਰੇ ਅਫਸਰ ਸਾਹਿਬਾਨਾਂ ਨੇ ਅਤੇ ਬੈਸਟ ਲੋਇਰਸ ਦੀ ਵੀ ਇਹਦੇ 'ਚ ਸਲਾਹ ਲਈ ਗਈ ਹੈ ਅਤੇ ਇਹ ਅਗਰ ਕੱਲ੍ਹ ਨੂੰ ਇਹ ਕਿਤੇ ਵੀ ਖੁਦਾ ਨਾ ਖਾਸਤਾ ਜੇ ਚੈਲੇਂਜ ਹੁੰਦੀ ਹੈ ਮਾਨਯੋਗ ਅਦਾਲਤਾਂ ਦੇ ਵਿੱਚ ਇਹ ਪੋਲਿਸੀ ਖੜੂਗੀ ਬਿਕੋਜ਼ ਅਸੀਂ ਉਸਨੂੰ ਸਾਰਾ ਕੁਝ ਦੇਖਦੇ ਹੋਏ ਬਣਾਇਆ ਸਪੈਸ਼ਲ ਕਾਡਰ ਬਣਾ ਦਿੱਤਾ ਅਤੇ ਬਹੁਤ ਸਾਰੇ ਬੈਨੀਫਿਟਸ ਹੈ ਹੁਣ ਇਸ ਪੋਲਿਸੀ ਦੇ ਆਉਣ ਤੋਂ ਬਾਅਦ ਕੋਈ ਵੀ ਸਰਕਾਰੀ ਟੀਚਰ ਹੈ ਜਿਹੜਾ ਉਹਦੀ ਤਨਖਾਹ ਮਿਨੀਮਮ 15,000 ਹੋ ਗਈ ਹੈ ਜੀ 15,000 ਤੋਂ ਲੈ ਕੇ 23,000 24,000 ਤੱਕ ਦੇ ਪੇ ਸਕੇਲ ਹੈ ਐਨੂਅਲ ਇਨਕਰੀਮੈਂਟ ਹੋਰ ਬਹੁਤ ਕੁਛ ਹੈ ਜੀ ਮੰਤਰੀ ਜੀ ਇੱਕ ਸਵਾਲ ਤੁਹਾਡੇ ਤੋਂ ਕਰੂੰਗਾ ਤੁਸੀਂ ਕੰਮ ਕਰ ਰਹੇ ਹੋ ਇਸ ਮਹਿਕਮੇ ਲਈ ਖੁਦ ਸੈਟਿਸਫਾਈ ਹੋ ਆਪਣੇ ਕੰਮ ਤੋਂ ਸੋ ਮੈਂ ਦੇਖੋ ਇਹ ਗੱਲ ਹਮੇਸ਼ਾ ਇਹ ਕਹਿੰਦੇ ਹੁੰਦੇ ਆ ਕਿ ਇਨਸਾਨ ਆਪਣੇ ਮੈਂ ਹਮੇਸ਼ਾ ਗੱਲ ਸਮਝਦਾ ਕਿ ਇਨਸਾਨ ਆਪਣੇ ਬੱਚਿਆਂ ਨਾਲ ਆਪਣੇ ਮਾਤਾ ਪਿਤਾ ਨਾਲ ਆਪਣੇ ਭਾਈ ਭੈਣਾਂ ਨਾਲ ਆਪਣੀ ਵਾਈਫ ਨਾਲ ਝੂਠ ਬੋਲ ਸਕਦਾ ਪਰ ਇਨਸਾਨ ਖੁਦ ਨੂੰ ਝੂਠ ਨਹੀਂ ਬੋਲ ਸਕਦਾ ਜਿਹੜਾ ਤੁਹਾਡਾ ਜਿਹੜਾ ਤੁਹਾਨੂੰ ਇਨਰ ਸੈਲਫ ਨੂੰ ਪਤਾ ਹੁੰਦਾ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ 1 ਸਾਲ ਦੇ ਵਿੱਚ ਮੈਂ ਆਪਣੇ ਕੰਮ ਤੋਂ ਸੰਤੁਸ਼ਟ ਹਾਂ ਅਤੇ ਅਸੀਂ ਉਹਦੇ ਹੁਣ ਨਤੀਜੇ ਦੇਖਣ ਨੂੰ ਵੀ ਮਿਲ ਰਹੇ ਤੁਸੀਂ ਅੱਜ ਜੈਨੂਇਨਲੀ ਤੁਸੀਂ ਅੱਜ ਪੰਜਾਬ ਦੇ ਵਿੱਚ ਲੋਕਾਂ ਨੂੰ ਮੈਂ ਨਹੀਂ ਕਹਿੰਦਾ ਸਾਰੇ ਸਕੂਲ ਮੈਂ ਠੀਕ ਕਰਤੇ ਆ ਇਹ ਨਹੀਂ ਕਹਿੰਦਾ ਕਿ ਅੱਜ ਤੁਸੀਂ ਜਾ ਕੇ ਮੇਰੇ ਸਕੂਲਾਂ 'ਚ ਕਮੀ ਨਹੀਂ ਹੋਊਗੀ ਕਮੀ ਹੈ 20,000 ਸਕੂਲ ਹੈ ਸਮਾਂ ਲੱਗੂਗਾ ਇਹ ਇੱਕਦਮ ਚੁਟਕੀ ਵਜਾ ਕੇ 20,000 ਸਕੂਲ ਨੇ ਹਜ਼ਾਰਾਂ ਯਾਨੀ ਲੱਖਾਂ ਦੀ ਤਾਦਾਦ 'ਚ ਕਮਰੇ ਨੇ ਬੈਂਚ ਨੇ ਬਹੁਤ ਲੰਬਾ ਸਫ਼ਰ ਹੈ ਪਰ ਅੱਜ ਪੰਜਾਬ ਵੀ ਇਹ ਗੱਲ ਮੰਨਦਾ ਮੈਨੂੰ ਲੋਕ ਖੁਦ ਜਦੋਂ ਮੈਂ ਜਾਂਦਾ ਤਾਂ ਬੜੇ ਜਿਹੜੇ ਨਿਊਟਰਲ ਪਾਰਕਾਂ ਦੇ ਵਿੱਚ ਆਮ ਲੋਕ ਕਹਿੰਦੇ ਨੇ ਕਿ ਨਹੀਂ ਯਾਰ ਕੰਮ ਤਾਂ ਹੋ ਰਿਹਾ ਸਾਨੂੰ ਇਹ ਲੱਗ ਰਿਹਾ ਕਿ ਇੱਕ ਦਿਸ਼ਾ ਵੱਲ ਚੱਲ ਰਿਹਾ ਤਾਂ ਉਹ ਬੜਾ ਸਕੂਨ ਦਿੰਦਾ ਅਤੇ ਸਫ਼ਰ ਲੰਬਾ ਹੈ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਇਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਇਸ ਮਹਿਕਮੇ ਦਾ ਹੀ ਹੈ ਉਹ ਸਾਰੇ ਟੀਚਰਸ ਨੇ ਵੀ ਸਮਝਿਆ ਕਿ ਹਾਂ ਧਰਨੇ ਬਹੁਤ ਘੱਟ ਗਏ ਨੇ
ਬਹੁਤ ਵੱਡੇ ਉਹ ਬਹੁਤ ਉਹਨਾਂ ਦੀ ਜੈਨੂਇਨ ਮੰਗਾਂ ਵੀ ਕਈ ਵਾਰੀ ਦਬਾ ਲੈਂਦੇ, ਕਹਿੰਦੇ ਨਹੀਂ ਕੋਈ ਗੱਲ ਨਹੀਂ ਤੁਹਾਡੇ ਕਰਕੇ ਅਸੀਂ ਸਰਕਾਰ ਵਧੀਆ ਕੰਮ ਕਰ ਰਹੀ ਹਾਂ, ਅਸੀਂ ਇਹਦੇ ਵਿੱਚ ਯੋਗਦਾਨ ਪਾਵਾਂਗੇ। ਉਹਦੇ ਕਰਕੇ ਕਾਫੀ ਪੋਜ਼ਿਟਿਵ ਚੇਂਜਿਸ ਆ ਰਹੇ ਨੇ ਅਤੇ ਮੈਂ ਤੁਹਾਨੂੰ ਅਗਲੇ ਮਹੀਨੇ ਹੋਰ ਬਹੁਤ ਕੁਝ ਤੁਹਾਨੂੰ ਆਪਣੀ ਅੱਖੀਂ ਦੇਖਣ ਨੂੰ ਮਿਲੂਗਾ। ਤੁਸੀਂ ਆਪ ਕੁਝ ਕਰਨ ਜਾ ਰਹੇ ਹੋ, ਤੁਹਾਨੂੰ ਇਹ ਸਰਪ੍ਰਾਈਜ਼ ਹੈ ਤੁਹਾਡੇ ਸਭ ਦੇ ਲਈ। ਤੁਸੀਂ ਆਪ ਕਹੋਗੇ, ਪੰਜਾਬ ਵੀ ਕਹੂਗਾ ਕਿ ਅੱਛਾ ਯਾਰ ਇਹ ਕਿਵੇਂ ਹੋ ਸਕਦਾ ਸੀ, ਅਸੀਂ ਤਾਂ ਕਦੇ ਨਹੀਂ ਸੋਚਿਆ ਸੀ ਕਿ ਸਰਕਾਰੀ ਸਕੂਲਾਂ 'ਚ ਹੋ ਸਕਦਾ। ਕੀ ਕੁਛ ਵੇਖਿਆ ਤੁਸੀਂ ਇੱਕ ਸਾਲ ਦੇ ਵਿੱਚ, ਕਿੰਨਾ ਕੁ ਤਾਣਾ ਵਿਗੜਿਆ ਹੋਇਆ ਸੀ ਜਿਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਨਹੀਂ ਦੇਖੋ, ਮੇਰਾ ਇਹ ਮੰਨਣਾ ਕਿ ਜੀ ਸਿਰਫ ਨੀਅਤ ਦੀ ਕਮੀ ਸੀ। ਉਹੀ ਟੀਚਰਸ ਨੇ, ਉਹ ਚੰਗਾ ਕੰਮ ਕਰਦੇ ਸੀ, ਪਹਿਲਾਂ ਸਿਰਫ ਨੈਗੇਟਿਵ ਖਬਰਾਂ ਜਾਂਦੀਆਂ ਸੀ। ਤੁਸੀਂ ਫੋਕਸ ਹਟਾ ਕੇ, ਅੱਜ ਵੀ ਬਹੁਤ ਸਾਰੇ, ਅੱਜ ਵੀ ਮੈਂ ਨਹੀਂ ਕਹਿੰਦਾ, ਹੁਣ ਵੀ ਕਰਨਗੇ ਚਾਰ ਬੰਦੇ ਇਹਦੇ ਥੱਲੇ ਵੀ ਕਮੈਂਟ ਕਰ ਦੇਣਗੇ, ਤੁਸੀਂ ਨੈਗੇਟਿਵ ਛੱਡ ਦਿਓ। ਮੈਂ ਆਪਣੀ ਜ਼ਿੰਦਗੀ 'ਚ ਨੈਗੇਟਿਵ 'ਤੇ ਫੋਲੋ ਨਹੀਂ ਕਰਨਾ। ਨੈਗੇਟਿਵ ਬੰਦੇ ਨੇ ਨੈਗੇਟਿਵ ਗੱਲ ਕਰਨੀ ਆ, ਉਹ 2-4-5% ਲੋਕ ਹੈ ਉਹਨੇ ਕਰੀ, ਪਰ 95% ਤਾਂ ਪੋਜ਼ਿਟਿਵ ਹੈ। ਪੋਜ਼ਿਟਿਵ ਵਾਲਿਆਂ ਦਾ ਤਾਂ ਕਦੀ ਕੰਮ ਮੋਹਰੇ ਆਇਆ ਹੀ ਨਹੀਂ, ਤਾਂ ਹੁਣ ਅਸੀਂ ਉਹ 5% ਨੂੰ ਇਗਨੋਰ ਕਰਕੇ ਅਸੀਂ ਨਹੀਂ ਡਰਦੇ ਕੀ ਲਿਖਦੇ ਆ ਕੀ ਕਰਦੇ ਨੇ, 95% ਵਾਲਿਆਂ ਨਾਲ ਡੀਲ ਕਰੀਦਾ, ਉਹ ਪੋਜ਼ਿਟਿਵ ਨੇ ਅਤੇ ਇੰਨਾ ਸ਼ਾਨਦਾਰ ਕੰਮ ਕਰਦੇ ਨੇ। ਤਾਂ ਤੁਸੀਂ ਦੇਖਿਓ ਹੁਣ ਆਉਣ ਵਾਲੇ ਸਮੇਂ 'ਚ ਕੀ ਕੁਛ ਬਦਲਾਵ ਆਉਂਦੇ ਨੇ। ਸਰਕਾਰੀ ਸਕੂਲਾਂ ਦਾ ਤਾਂ ਮੰਤਰੀ ਜੀ ਸਿਸਟਮ ਸੁਧਾਰਨ ਦੀ ਕੋਸ਼ਿਸ਼ ਹੋ ਰਹੀ ਹੈ, ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਕੀ ਕੁਛ ਸਰਕਾਰ ਦੀ ਅੱਗੇ ਦੀ ਰਣਨੀਤੀ ਹੈ? ਕਿਉਂਕਿ ਹਜੇ ਵੀ ਫੀਸਾਂ ਤੋਂ, ਵਰਦੀਆਂ ਤੋਂ, ਕਿਤਾਬਾਂ ਦੇ ਖਰਚਿਆਂ ਤੋਂ ਮਾਂ ਪਿਓ ਜਿਹੜੇ ਨੇ ਉਹ ਪਰੇਸ਼ਾਨ ਨਜ਼ਰ ਆਉਂਦੇ ਨੇ, ਹਜੇ ਵੀ ਧਰਨੇ ਲੱਗਦੇ ਨੇ। ਨਹੀਂ ਜੀ, ਤੁਹਾਡੀ ਗੱਲ ਸਹੀ ਹੈ ਅਤੇ ਉਹਦੇ ਵਿੱਚ ਇੱਕ ਦਿੱਕਤ ਹੈ ਕਿ ਸਿਰਫ ਪਬਲਿਕ ਤਾਂ ਜਦੋਂ ਐਡਮਿਸ਼ਨ ਦਾਖਲੇ ਹੁੰਦੇ ਉਦੋਂ ਪਰੇਸ਼ਾਨ ਹੁੰਦੀ ਹੈ। ਇਸ ਵਾਰੀ ਅਸੀਂ ਹੁਣੀ ਤੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤੁਸੀਂ ਦੇਖਿਓ ਨਾ, ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਸਕੂਲਾਂ ਨੂੰ ਅਸੀਂ ਨੋਟਿਸ ਕੱਢੇ ਆ, ਜੁਰਮਾਨੇ ਤੱਕ ਵੀ ਲਾਏ, ਆਡਿਟ ਚੱਲ ਰਹੇ ਨੇ, ਅਸੀਂ ਬਾਕੀ ਸੂਬਿਆਂ ਨੂੰ ਵੀ ਸਟੱਡੀ ਕਰ ਰਹੇ ਹਾਂ, ਲੋੜ ਪਈ ਅਸੀਂ ਲੈਜਿਸਲੇਸ਼ਨ ਵੀ ਲੈ ਕੇ ਆਵਾਂਗੇ। ਬਿਲਕੁਲ ਵੱਡੀ ਗੱਲ ਆਖੀ ਹੈ, ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਵਾਲੀ ਗੱਲ ਰਹੇਗੀ ਕਿ ਹੋਰ ਕੀ ਕੁਛ ਨਵੇਂ ਉਪਰਾਲੇ ਸਿੱਖਿਆ ਮਹਿਕਮਾ ਕਰਦਾ ਹੋਇਆ ਨਜ਼ਰ ਆ ਰਿਹਾ, ਜਿਸ ਦੇ ਨਾਲ ਸਿੱਖਿਆ ਦੇ ਮਿਆਰ ਦੇ ਵਿੱਚ ਹੋਰ ਵੱਡਾ ਇਜ਼ਾਫਾ ਹੁੰਦਾ ਹੋਇਆ ਨਜ਼ਰ ਆਊਗਾ। ਕੈਮਰਾ ਪਰਸਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ।